ਸਤਿ ਸ੍ਰੀ ਅਕਾਲ ਅੱਜ ਅਸੀਂ ਪੰਜਾਬੀ ਪੁਸਤਕ ਜਮਾਤ ਦੂਜੀ ਵਿੱਚੋਂ ਪਾਠ ਨੰਬਰ 4 ਇੱਕ ਸੀ ਸ਼ੇਖ ਚਿੱਲੀ ਕਰਾਂਗੇ। ਦੋਸਤੋ ਇੱਕ ਜ਼ਰੂਰੀ ਸੂਚਨਾ, ਜੇ ਤੁਸੀਂ ਇਸ ਪਾਠ ਤੋਂ ਪਹਿਲੇ ਪਾਠ ਦੀਆਂ ਬਣੀਆਂ ਹੋਈਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਲਿੰਕ ਉੱਤੇ ਕੱਲੇ ਕੱਲੇ ਲੈਸਨ ਉੱਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ। ਆਓ ਇਹ ਵੀਡੀਓ ਸ਼ੁਰੂ ਕਰਦੇ ਹਾਂ। ਪਾਠ ਨੰਬਰ 4 ਇੱਕ ਸੀ ਸ਼ੇਖ ਚਿੱਲੀ। ਇੱਕ ਦਿਨ ਸ਼ੇਖ ਚਿੱਲੀ ਬਾਜ਼ਾਰ ਵਿੱਚ ਜਾ ਰਿਹਾ ਸੀ। ਬਾਜ਼ਾਰ ਵਿੱਚ ਇੱਕ ਆਦਮੀ ਖੜਾ ਸੀ ਜਿਸ ਕੋਲ ਇੱਕ ਘੜਾ ਸੀ। ਉਹ ਆਦਮੀ ਕਿਸੇ ਨੂੰ ਲੱਭ ਰਿਹਾ ਸੀ ਜਿਹੜਾ ਰੁਪਈਆ ਲੈ ਕੇ ਉਸਦਾ ਘੜਾ ਚੁੱਕ ਦੇਵੇ। ਸ਼ੇਖ ਚਿੱਲੀ ਕੰਮ ਲਈ ਤਿਆਰ ਹੋ ਗਿਆ। ਸ਼ੇਖ ਚਿੱਲੀ ਘੜੇ ਨੂੰ ਸਿਰ ਉੱਤੇ ਰੱਖ ਕੇ ਉਸਦੇ ਪਿੱਛੇ ਪਿੱਛੇ ਚੱਲ ਪਿਆ। ਉਸਨੇ ਸੋਚਿਆ, ਮੈਨੂੰ ਇੱਕ ਰੁਪਈਆ ਮਿਲੇਗਾ, ਇਸ ਰੁਪਏ ਦੀ ਮੈਂ ਮੁਰਗੀ ਖਰੀਦਾਂਗਾ। ਜਦ ਉਹ ਮੁਰਗੀ ਚੂਚੇ ਦੇਵੇਗੀ ਤਾਂ ਉਹਨਾਂ ਸਾਰਿਆਂ ਨੂੰ ਵੇਚ ਕੇ ਇੱਕ ਬੱਕਰੀ ਲਵਾਂਗਾ। ਫਿਰ ਉਹ ਬੱਕਰੀ ਮੇਮਣੇ ਦੇਵੇਗੀ, ਉਹਨਾਂ ਮੇਮਣਿਆਂ ਨੂੰ ਵੇਚ ਕੇ ਇੱਕ ਗਊ ਲਵਾਂਗਾ। ਫਿਰ ਉਹ ਗਊ ਵੱਛੇ ਵੱਛੀਆਂ ਦੇਵੇਗੀ, ਫਿਰ ਮੈਂ ਉਹਨਾਂ ਨੂੰ ਵੇਚ ਕੇ ਇੱਕ ਮੱਝ ਖਰੀਦਾਂਗਾ। ਉਹ ਮੱਝ ਕੱਟੇ ਕੱਟੀਆਂ ਦੇਵੇਗੀ, ਫਿਰ ਮੈਂ ਉਹਨਾਂ ਸਾਰਿਆਂ ਨੂੰ ਵੇਚ ਕੇ ਇੱਕ ਘੋੜੀ ਲਵਾਂਗਾ। ਉਹ ਘੋੜੀ ਵੀ ਵਛੇਰੇ ਵਛੇਰੀਆਂ ਦੇਵੇਗੀ ਤਾਂ ਮੈਂ ਉਹਨਾਂ ਨੂੰ ਵੇਚ ਕੇ ਆਪਣਾ ਵਿਆਹ ਕਰਵਾਵਾਂਗਾ। ਮੇਰੀ ਪਤਨੀ ਮੇਰੇ ਘਰ ਆਵੇਗੀ, ਮੇਰੇ ਘਰ ਬੱਚੇ ਹੋਣਗੇ, ਮੇਰਾ ਪਰਿਵਾਰ ਵਧੇਗਾ। ਫਿਰ ਮੈਂ ਆਪਣੇ ਬੈਠਣ ਲਈ ਇੱਕ ਬੈਠਕ ਬਣਾਵਾਂਗਾ। ਮੈਂ ਬੈਠਕ ਵਿੱਚ ਬੈਠਾ ਹੋਵਾਂਗਾ। ਇੰਨੇ ਨੂੰ ਮੇਰਾ ਲੜਕਾ ਮੇਰੇ ਕੋਲ ਆਵੇਗਾ। ਉਹ ਕਹੇਗਾ, ਬਾਪੂ ਜੀ ਰੋਟੀ ਖਾ ਲਓ। ਮੈਂ ਉਦੋਂ ਕੰਮ ਵਿੱਚ ਰੁੱਝਿਆ ਹੋਵਾਂਗਾ। ਮੈਂ ਉਸਨੂੰ ਗੁੱਸੇ ਵਿੱਚ ਬੋਲਾਂਗਾ, ਚੱਲ ਪਰੇ ਹਟ। ਇਹ ਕਹਿੰਦਿਆਂ ਹੀ ਘੜਾ ਸਿਰ ਤੋਂ ਡਿੱਗ ਪਿਆ ਤੇ ਟੁੱਟ ਗਿਆ। ਘੜੇ ਦਾ ਮਾਲਕ ਰੋਣ ਲੱਗ ਪਿਆ। ਤਦ ਸ਼ੇਖ ਚਿੱਲੀ ਬੋਲਿਆ, ਤੂੰ ਤਾਂ ਇੱਕ ਘੜੇ ਲਈ ਰੋਂਦਾ ਹਾਂ, ਦੇਖ ਮੇਰਾ ਤਾਂ ਸਾਰਾ ਟੱਬਰ ਹੀ ਰੁੜ ਗਿਆ, ਮੈਂ ਕੀ ਕਰਾਂ। ਇਹ ਸੀ ਪਾਠ ਨੰਬਰ 4 ਇੱਕ ਸੀ ਸ਼ੇਖ ਚਿੱਲੀ। ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ। ਸ਼ੇਖ ਚਿੱਲੀ ਕਿੱਥੇ ਜਾ ਰਿਹਾ ਸੀ? ਇਸ ਦੇ ਨੀਚੇ ਸਾਡੇ ਕੋਲ 3 ਆਪਸ਼ਨਾਂ ਨੇ, ਪਿੰਡ, ਬਾਜ਼ਾਰ, ਖੇਤ। ਇਹਨਾਂ ਤਿੰਨਾਂ ਵਿੱਚੋਂ ਜੋ ਵੀ ਸਹੀ ਜਵਾਬ ਹੈ ਉਸ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਆਓ ਸ਼ੁਰੂ ਕਰਦੇ ਹਾਂ। ਸ਼ੇਖ ਚਿੱਲੀ ਕਿੱਥੇ ਜਾ ਰਿਹਾ ਸੀ? ਸਾਡੇ ਕੋਲ ਵਿਕਲਪ ਨੇ ਪਿੰਡ, ਬਾਜ਼ਾਰ, ਖੇਤ। ਅਸੀਂ ਹੁਣੇ ਹੀ ਲੈਸਨ ਵਿੱਚ ਪੜ੍ਹ ਕੇ ਹਟੇ ਹਾਂ। ਸ਼ੇਖ ਚਿੱਲੀ ਬਾਜ਼ਾਰ ਵਿੱਚ ਜਾ ਰਿਹਾ ਸੀ, ਸੋ ਅਸੀਂ ਬਾਜ਼ਾਰ ਦੇ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਸ਼ੇਖ ਚਿੱਲੀ ਨੇ ਰੁਪਈਏ ਦਾ ਕੀ ਖਰੀਦਣ ਬਾਰੇ ਸੋਚਿਆ? ਸਾਡੇ ਕੋਲ ਵਿਕਲਪ ਨੇ ਮੁਰਗੀ, ਬੱਕਰੀ, ਗਊ। ਇਹਨਾਂ ਤਿੰਨਾਂ ਵਿੱਚੋਂ ਠੀਕ ਜਵਾਬ ਉੱਤੇ ਸਹੀ ਦਾ ਨਿਸ਼ਾਨ ਲਗਾਉਣਾ ਹੈ। ਮੁਰਗੀ ਖਰੀਦੇਗਾ, ਸੋ ਮੁਰਗੀ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਅਗਲੇ ਪ੍ਰਸ਼ਨ, ਸ਼ੇਖ ਚਿੱਲੀ ਆਪਣੇ ਬੈਠਣ ਲਈ ਕੀ ਬਣਾਉਣ ਬਾਰੇ ਸੋਚ ਰਿਹਾ ਸੀ? ਪੀੜੀ, ਮੰਜਾ, ਬੈਠਕ। ਇਹਨਾਂ ਤਿੰਨਾਂ ਵਿੱਚੋਂ ਸਹੀ ਜਵਾਬ ਹੈ ਬੈਠਕ। ਸ਼ੇਖ ਚਿੱਲੀ ਬੈਠਕ ਬਣਾਉਣ ਬਾਰੇ ਸੋਚ ਰਿਹਾ ਸੀ, ਸੋ ਬੈਠਕ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਆਓ ਵੱਧਦੇ ਹਾਂ ਅਗਲੀ ਐਕਸਰਸਾਈਜ਼ ਵੱਲ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਪੂਰਾ ਪ੍ਰਸ਼ਨ, ਇੱਕ ਦਿਨ ਸ਼ੇਖ ਚਿੱਲੀ ਕਿੱਥੇ ਜਾ ਰਿਹਾ ਸੀ? ਇਸਦਾ ਉੱਤਰ ਆਵੇਗਾ, ਇੱਕ ਦਿਨ ਸ਼ੇਖ ਚਿੱਲੀ ਬਾਜ਼ਾਰ ਵਿੱਚ ਜਾ ਰਿਹਾ ਸੀ। ਐੜਾ ਪ੍ਰਸ਼ਨ, ਸ਼ੇਖ ਚਿੱਲੀ ਸਭ ਤੋਂ ਪਹਿਲਾਂ ਰੁਪਏ ਦਾ ਕੀ ਲੈਣ ਬਾਰੇ ਸੋਚਦਾ ਹੈ? ਇਸਦਾ ਉੱਤਰ ਆਵੇਗਾ, ਉਹ ਸਭ ਤੋਂ ਪਹਿਲਾਂ ਮੁਰਗੀ ਲੈਣ ਬਾਰੇ ਸੋਚਦਾ ਹੈ। ਈੜੀ, ਈੜੀ ਪ੍ਰਸ਼ਨ, ਸ਼ੇਖ ਚਿੱਲੀ ਨੇ ਵੱਛੇ ਵੱਛੀਆਂ ਵੇਚ ਕੇ ਕੀ ਲੈਣ ਬਾਰੇ ਸੋਚਿਆ? ਇਸਦਾ ਉੱਤਰ ਆਵੇਗਾ, ਉਸਨੇ ਵੱਛੇ ਵੱਛੀਆਂ ਵੇਚ ਕੇ ਮੱਝ ਲੈਣ ਬਾਰੇ ਸੋਚਿਆ ਸੀ। ਸੱਸਾ ਪ੍ਰਸ਼ਨ, ਘੜੇ ਦਾ ਮਾਲਕ ਕਿਉਂ ਰੋਣ ਲੱਗ ਪਿਆ? ਇਹ ਵੀ ਅਸੀਂ ਲੈਸਨ ਵਿੱਚ ਪੜ੍ਹਿਆ ਸੀ। ਇਸਦਾ ਉੱਤਰ ਆਵੇਗਾ, ਕਿਉਂਕਿ ਉਸਦਾ ਘੜਾ ਡਿੱਗ ਕੇ ਟੁੱਟ ਗਿਆ ਸੀ, ਉਹ ਇਸ ਲਈ ਰੋ ਰਿਹਾ ਸੀ। ਸੋ ਵੱਧਦੇ ਅਗਲੀ ਐਕਸਰਸਾਈਜ਼ ਵੱਲ। ਸਮਝੋ ਅਤੇ ਲਿਖੋ, ਮੁਰਗਾ, ਮੁਰਗੀ। ਸੋ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਲਿੰਗ ਬਦਲੋ ਹੈ, ਮੁਰਗੇ ਦਾ ਮੁਰਗੀ ਲਿਖਿਆ ਗਿਆ ਹੈ। ਸੋ ਅਸੀਂ ਇਸੇ ਤਰ੍ਹਾਂ ਬਾਕੀਆਂ ਦੇ ਵੀ ਬੱਚੀ, ਬੱਕਰੀ, ਲੜਕੀ, ਘੋੜੀ, ਇਹਨਾਂ ਸਾਰਿਆਂ ਦੇ ਲਿੰਗ ਬਦਲੋ ਕਰਨੇ ਹਨ। ਆਓ ਸ਼ੁਰੂ ਕਰਦੇ ਹਾਂ। ਮੁਰਗੇ ਦਾ ਮੁਰਗੀ ਆਇਆ ਹੈ, ਬੱਚੀ ਦਾ ਆਵੇਗਾ ਬੱਚਾ। ਇਸੇ ਤਰ੍ਹਾਂ ਬੱਕਰੀ ਦਾ ਲਿੰਗ ਬਦਲੋ ਆਵੇਗਾ ਬੱਕਰਾ, ਲੜਕੀ ਦਾ ਆਵੇਗਾ ਲੜਕਾ, ਘੋੜੀ ਦਾ ਆਵੇਗਾ ਘੋੜਾ। ਆਓ ਵੱਧਦੇ ਹਾਂ ਅਗਲੀ ਐਕਸਰਸਾਈਜ਼ ਵੱਲ। ਹੇਠ ਲਿਖੇ ਸ਼ਬਦਾਂ ਦੇ ਜੋੜੇ ਬਣਾਓ, ਜਿਵੇਂ ਕਿ ਤੀਰ ਦਾ ਨਿਸ਼ਾਨਾ ਲਾ ਕੇ ਦੱਸਿਆ ਗਿਆ ਹੈ। ਇਸ ਵਿੱਚ ਮੁਰਗੀ ਦੇ ਅੱਗੇ ਤੀਰ ਦਾ ਨਿਸ਼ਾਨਾ ਲਾ ਕੇ
ਚੂਚੇ ਵੱਲ ਇਸ਼ਾਰਾ ਕੀਤਾ ਗਿਆ ਹੈ। ਸੋ ਮੁਰਗੀ ਦੇ ਬੱਚਿਆਂ ਨੂੰ ਚੂਚੇ ਕਹਿੰਦੇ ਹਨ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਬਾਕੀ ਦੇ ਬੱਕਰੀ, ਗਊ, ਮੱਝ ਅਤੇ ਘੋੜੀ ਦੇ ਬੱਚਿਆਂ ਬਾਰੇ ਦੱਸਣਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਕੀ ਕਹਿੰਦੇ ਹਨ। ਆਓ ਆਓ ਸ਼ੁਰੂ ਕਰਦੇ ਹਾਂ। ਮੁਰਗੀ ਦਾ ਮੁਰਗੀ ਦੇ ਬੱਚਿਆਂ ਨੂੰ ਚੂਚੇ ਕਹਿੰਦੇ ਹਨ ਤੇ ਬੱਕਰੀ ਦੇ ਬੱਚਿਆਂ ਨੂੰ ਕਹਿੰਦੇ ਹਨ ਕੀ ਕਹਿੰਦੇ ਨੇ? ਮੇਮਨੇ। ਗਊ ਦੇ ਬੱਚਿਆਂ ਨੂੰ ਕੀ ਕਹਿੰਦੇ ਹਨ? ਵੱਛੇ, ਵੱਛੀਆਂ। ਮੱਝ ਦੇ ਬੱਚਿਆਂ ਨੂੰ ਕੀ ਕਹਿੰਦੇ ਹਨ? ਕੱਟੇ, ਕੱਟੀਆਂ। ਸੋ ਇਸੇ ਤਰ੍ਹਾਂ ਘੋੜੀ ਦੇ ਬੱਚਿਆਂ ਨੂੰ ਕੀ ਕਹਿੰਦੇ ਹਨ? ਵਛੇਰੇ, ਵਛੇਰੀਆਂ। ਆਓ ਵੱਧਦੇ ਹਨ ਅੱਗੇ। ਪਾਠ ਵਿੱਚ ਸਿਹਾਰੀ ਅਤੇ ਬਿਹਾਰੀ ਵਾਲੇ ਅੱਠ ਅੱਠ ਸ਼ਬਦ ਅਲੱਗ ਕਰਕੇ ਲਿਖੇ। ਸੋ ਪਾਠ ਵਿੱਚੋਂ ਹੀ ਉਹ ਸ਼ਬਦ ਲਿਖਣੇ ਹਨ ਜਿਨ੍ਹਾਂ ਵਿੱਚ ਸਿਹਾਰੀ ਜਾਂ ਫਿਰ ਬਿਹਾਰੀ ਆਈ ਹੈ। ਸਭ ਤੋਂ ਪਹਿਲਾਂ ਅਸੀਂ ਸਿਹਾਰੀ ਵਾਲੇ ਸ਼ਬਦ ਲਿਖਾਂਗੇ। ਇੜੀ ਸਿਹਾਰੀ, ਉੱਪਰ ਅਦਕ, ਕੱਕਾ, ਇੱਕ। ਤੱਦੇ ਸਿਹਾਰੀ, ਨੰਨਾ, ਦਿਨ। ਸੱਸੇ ਪੈਰ ਬਿੰਦੀ, ਉੱਪਰ ਲਾਂ, ਖੱਕੇ ਪੈਰ ਬਿੰਦੀ, ਚੱਚੇ ਨੂੰ ਸਿਹਾਰੀ, ਲੱਲੇ ਨੂੰ ਬਿਹਾਰੀ। ਸ਼ੇਖ ਚਿੱਲੀ, ਤੱਤੇ ਨੂੰ ਸਿਹਾਰੀ, ਐੜੇ ਨੂੰ ਕੰਨਾ, ਰਾਰਾ, ਤਿਆਰ। ਇਹ ਸੀ ਸਿਹਾਰੀ ਵਾਲੇ ਸ਼ਬਦ। ਹੁਣ ਲਿਖਾਂਗੇ ਬਿਹਾਰੀ ਵਾਲੇ ਸ਼ਬਦ। ਐੜੇ ਨੂੰ ਕੰਨਾ, ਦੱਦਾ, ਮੰਮੇ ਨੂੰ ਬਿਹਾਰੀ, ਆਦਮੀ। ਮੰਮੇ ਨੂੰ ਔਂਕੜ, ਰਾਰਾ, ਗੱਗੇ ਪੈਰ ਬਿੰਦੀ, ਬਿਹਾਰੀ। ਮੁਰਗੀ, ਖੱਖਾ, ਖੱਕੇ ਪੈਰ ਬਿੰਦੀ, ਰਾਰੇ ਨੂੰ ਬਿਹਾਰੀ, ਦੱਦੇ ਨੂੰ ਕੰਨਾ ਉੱਤੇ ਬਿੰਦੀ, ਗੱਗੇ ਨੂੰ ਕੰਨਾ, ਖਰੀਦਾਂਗਾ। ਬੱਬੇ ਉੱਪਰ ਅਦਕ, ਕੱਕਾ, ਰਾਰੇ ਨੂੰ ਬਿਹਾਰੀ, ਬੱਕਰੀ। ਇਹ ਸੀ ਪਾਠ ਨੰਬਰ 4। ਇੱਕ ਸੀ ਸ਼ੇਖ ਚਿੱਲੀ ਨਾਲ ਜੁੜੇ ਪ੍ਰਸ਼ਨ ਉੱਤਰ ਅਤੇ ਬਾਕੀ ਦੀਆਂ ਹੋਰ ਪਾਠ ਅਭਿਆਸ। ਉਮੀਦ ਹੈ ਆਪ ਸਭ ਨੂੰ ਸਮਝ ਵਿੱਚ ਆ ਗਏ ਹੋਣਗੇ। ਅੱਜ ਲਈ ਇੰਨਾ ਹੀ, ਧੰਨਵਾਦ। ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ, ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ।